ਸਤਿਕਾਰਯੋਗ ਮੀਡੀਆ ਦੇ ਸਾਰੇ ਸਾਥੀਓ, ਦੋਨਾਂ ਪਾਰਟੀਆਂ ਦੀ ਲੀਡਰਸ਼ਿਪ, ਸਭ ਤੋਂ ਪਹਿਲਾਂ ਮੈਂ ਵਧਾਈ ਦਊਂਗਾ ਅੱਜ BSP ਔਰ ਅਕਾਲੀ ਦਲ ਦੇ ਗੱਠਜੋੜ ਦੇ ਉਮੀਦਵਾਰ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜੀ ਨੇ ਆਪਣੇ ਪੇਪਰ ਜਿਹੜੇ ਆ ਉਹ ਭਰੇ ਆ। ਇਸ ਖੁਸ਼ੀ ਦੇ ਮੌਕੇ 'ਤੇ ਮੈਂ ਦੋਨਾਂ ਪਾਰਟੀਆਂ ਦੇ ਵਰਕਰਾਂ ਨੂੰ, ਵੋਟਰਾਂ ਨੂੰ ਔਰ ਆਪਣੇ ਕੈਂਡੀਡੇਟ ਨੂੰ ਮੁਬਾਰਕਬਾਦ ਦਿੰਦਾ, ਵਧਾਈ ਦਿੰਦਾ। ਔਰ ਕਿਉਂਕਿ ਜਦੋਂ ਅਸੀਂ ਪਾਰਲੀਮੈਂਟ ਦੇ ਵਿੱਚ ਆਪਣਾ ਨੁਮਾਇੰਦਾ ਭੇਜਦੇ ਹਾਂ ਤਾਂ ਨੈਸ਼ਨਲ ਇਸ਼ੂ ਔਰ ਸਟੇਟ ਇਸ਼ੂ ਇਹ ਦੋਨੋਂ ਹੀ ਖਾਸ ਤੌਰ 'ਤੇ ਕੰਸਿਡਰ ਕੀਤੇ ਜਾਂਦੇ। ਜਦੋਂ ਅਸੀਂ ਨੈਸ਼ਨਲ ਲੈਵਲ 'ਤੇ ਦੇਖਦੇ ਹਾਂ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹਦਾ ਪਿਛਲੇ 9 ਸਾਲ ਦੀ ਕਾਰਗੁਜ਼ਾਰੀ ਟੋਟਲ ਡਿਪਰੈਸਡ ਕਲਾਸਿਸ ਜਿਹੜੀਆਂ ਆ ਜਾਂ ਮਨਿਓਰਿਟੀ ਆ ਜਿਹੜੀ ਜਾਂ ਬਾਕੀ ਵੀ ਵੀਕਰ ਸੈਕਸ਼ਨ ਆ ਜਿਹੜਾ ਉਹਦੇ ਵਿਰੋਧੀ ਪਾਲਿਸੀਆਂ ਨੂੰ ਦੇਸ਼ ਦੇ ਅੰਦਰ ਪੂਰਨ ਤੌਰ 'ਤੇ ਲਾਗੂ ਕੀਤਾ ਗਿਆ। ਡਾਕਟਰ ਅੰਬੇਡਕਰ ਜੀ ਦੇ ਸੰਵਿਧਾਨ ਦੀ ਭਾਵਨਾ ਦੇ ਵਿਰੁੱਧ ਕੰਮ ਕੀਤਾ ਗਿਆ। ਜੋ BJP ਦੀ ਅਟਲ ਬਿਹਾਰੀ ਜੀ ਦੀ ਸਰਕਾਰ ਨੇ ਸੰਵਿਧਾਨ ਸਮੀਖਿਆ ਕਮਿਸ਼ਨ ਬਿਠਾ ਕੇ ਡਾਕਟਰ ਅੰਬੇਡਕਰ ਜੀ ਦੇ ਸੰਵਿਧਾਨ ਨੂੰ ਰਿਪਲੇਸ ਕਰਨ ਦਾ ਮਤਾ ਪਾਰਲੀਮੈਂਟ 'ਚ ਪਾਸ ਕੀਤਾ ਸੀ, ਉਸੇ ਦਿਸ਼ਾ ਦੇ ਵਿੱਚ ਇਹ ਮੌਜੂਦਾ BJP ਦੀ ਕੇਂਦਰ ਦੀ ਸਰਕਾਰ ਵੱਧ ਰਹੀ ਆ। ਸੋ ਇਸ ਕਰਕੇ ਇਸ ਇਲੈਕਸ਼ਨ ਦੇ ਵਿੱਚ ਸਾਡੀ ਅਪੀਲ ਹੈ ਪੰਜਾਬੀਆਂ ਨੂੰ ਔਰ ਖਾਸ ਕਰਕੇ ਡਾਕਟਰ ਅੰਬੇਡਕਰ ਦੇ ਪੈਰੋਕਾਰਾਂ ਨੂੰ ਕਿ ਸੰਵਿਧਾਨ ਨੂੰ ਬਚਾਉਣ ਲਈ ਸਾਨੂੰ ਇਹ ਵੋਟ ਜਿਹੜੀ ਆ ਉਹ BSP ਅਕਾਲੀ ਗੱਠਜੋੜ ਦੇ ਹੱਕ ਵਿੱਚ ਦੇਣੀ ਚਾਹੀਦੀ ਹੈ ਔਰ ਇਹਦੇ ਲਈ ਜਨਤਾ ਆਪਣਾ ਮਨ ਵੀ ਬਣਾ ਰਹੀ ਹੈ। ਔਰ ਪੰਜਾਬ ਦੀ ਜਿਹੜੀ ਸਰਕਾਰ ਹੈ, ਭਗਵੰਤ ਸਿੰਘ ਮਾਨ ਜੀ ਜੋ ਮੌਜੂਦਾ ਮੁੱਖ ਮੰਤਰੀ ਹੈ, ਜਿਸ ਤਰੀਕੇ ਨਾਲ ਉਹਨਾਂ ਦੇ ਸਮੇਂ 'ਚ ਦਲਿਤਾਂ 'ਤੇ, ਪਛੜਿਆਂ 'ਤੇ ਜ਼ੁਲਮ ਜ਼ਿਆਦਤੀ ਦੀਆਂ ਘਟਨਾਵਾਂ ਹੋ ਰਹੀਆਂ ਔਰ ਸਿੱਖ ਨੌਜਵਾਨਾਂ ਦੇ ਉੱਪਰ NSA ਲਾ ਕੇ ਇਹ ਸਪਸ਼ਟ ਸੰਦੇਸ਼ ਦੇ ਦਿੱਤਾ ਗਿਆ ਕਿ ਮਨਿਓਰਿਟੀ ਨੂੰ ਕ੍ਰਸ਼ ਕਰਨ ਲਈ ਕਾਂਗਰਸ ਦੀਆਂ ਲੀਹਾਂ 'ਤੇ ਹੀ BJP ਔਰ ਆਮ ਪਾਰਟੀ ਦਾ ਗੱਠਜੋੜ ਵੀ ਚੱਲ ਰਿਹਾ ਹੈ। ਔਰ ਮੈਂ ਮਹਿਸੂਸ ਕਰਦਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਅੰਦਰ ਦਮਨ ਦੀ ਨੀਤੀ ਲਾਗੂ ਕੀਤੀ ਜਾ ਰਹੀ ਆ, ਅਸੀਂ ਇਹ ਕਹਿ ਸਕਦੇ ਹਾਂ ਕਿ ਭਗਵੰਤ ਮਾਨ ਦੇ ਅੰਦਰ ਬੇਅੰਤ ਸਿੰਘ ਦੀ ਰੂਹ ਪ੍ਰਵੇਸ਼ ਕਰ ਗਈ ਆ। ਇਸ ਕਰਕੇ ਪੰਜਾਬ ਦੀ ਜ਼ਬਾਨੀ ਬਚਾਉਣ ਲਈ, ਪੰਜਾਬ ਦੇ ਵਿੱਚ ਅਮਨ, ਸ਼ਾਂਤੀ, ਭਾਈਚਾਰੇ ਨੂੰ ਕਾਇਮ ਰੱਖਣ ਦੇ ਲਈ ਸਾਨੂੰ ਕਾਂਗਰਸ, ਆਪ ਔਰ BJP ਦੀਆਂ ਨੀਤੀਆਂ ਤੋਂ ਸਾਵਧਾਨ ਹੋ ਕੇ ਆਮ ਜਨਤਾ ਦੇ ਹਿੱਤਾਂ ਦੇ ਲਈ ਇਸ ਗੱਠਬੰਧਨ ਨੂੰ, BSP ਅਕਾਲੀ ਗੱਠਬੰਧਨ ਨੂੰ ਇਸ ਵਾਰ ਕਾਮਯਾਬ ਕਰੇ। ਜਲੰਧਰ ਦਾ ਵੋਟਰ ਸਾਡੀ ਉਹਨਾਂ ਨੂੰ ਸਨਿਮਰ ਅਪੀਲ ਹੈ ਔਰ ਐਸਾ ਮਾਹੌਲ ਵੀ ਬਣ ਗਿਆ ਆ। ਤਾਂ ਮੈਂ ਜੋ ਕੱਲ੍ਹ ਵਾਇਲੇਸ਼ਨ ਕੋਡ ਆਫ ਕੰਡਕਟ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਆ, ਮੈਂ ਮਹਿਸੂਸ ਕਰਦਾ ਕਿ ਠੀਕ ਆ, ਅਫਸਰਸ਼ਾਹੀ ਤਾਂ ਬੇਬਸ ਹੈ, ਉਹ ਆਪਣੀਆਂ ਕੁਰਸੀਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਉਹ ਕੋਡ ਆਫ ਕੰਡਕਟ ਦੀ ਪਾਲਣਾ ਕਰਵਾਉਣ 'ਚ ਹੁਣ ਤੱਕ ਨਾਕਾਮ ਰਹੀ ਹੈ। ਪਰੰਤੂ ਚੀਫ ਇਲੈਕਸ਼ਨ ਆਫ ਇੰਡੀਆ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਕਿ ਮੁੱਖ ਮੰਤਰੀ ਦੀ ਹਾਜ਼ਰੀ ਦੇ ਵਿੱਚ ਜਿਸ ਤਰ੍ਹਾਂ ਕੋਡ ਆਫ ਕੰਡਕਟ ਦੀਆਂ ਧੱਜੀਆਂ ਉਡਾਈਆਂ ਗਈਆਂ, ਇਹ ਇਸ ਚੋਣ ਮੁਹਿੰਮ ਦੀ ਅੱਛਾ ਆਗਾਜ਼ ਨਹੀਂ, ਅੱਛੀ ਸ਼ੁਰੂਆਤ ਨਹੀਂ। ਆਉਣ ਵਾਲੇ ਸਮੇਂ ਦੇ ਵਿੱਚ ਕੋਡ ਆਫ ਕੰਡਕਟ ਦਾ ਸਾਰੀਆਂ ਪਾਰਟੀਆਂ ਪਾਲਣ ਕਰਨ ਤੋਂ ਕੱਲ੍ਹ ਦੀ ਵਾਇਲੇਸ਼ਨ ਦੇ ਬਾਰੇ 'ਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਔਰ ਬਣਦੀ ਕਾਰਵਾਈ ਬਿਨਾਂ ਕਿਸੇ ਦੇਰੀ ਤੋਂ ਕਰਨੀ ਚਾਹੀਦੀ।